बोल पंजाब देख रहे सारे दर्शकों का स्वागत है। मैं थोड़े नाल गुरशरण कौर हर बार की तरह अज भी असं थोड़े नाल मुलाकात करवाने जा रहे हैं सियासी चिंतक अते माहिर दी गुरजीत सिंह जी साढ़े नाल ने। सब तो पहला उन्होंने स्वागत करते हैं। सत श्रीकाल सर। जेकर एक अजिहे केस की जो कि पंजाब दे विच वापरिया ते उस तो बाद एक तो बाद एक अजिही कड़ी जुड़ती गई कि अजिहे किन्ने ही केस साडे सामने आ गए। जसप्रीत धनौला अते जसकौर दे मामले दे विच जिवें हुण तक देखा गया कि कड़ी दर कड़ी जोड़न दे लई कुछ ना कुछ निकल के बाहर आंदा ही रहा है ते सुर्खियां दे विच वी उह सारियां खबरां जरूर बनियां होईयां ने। पर धोखाधड़ी करके विदेश दे विच जाणा उस हद तक गिर जाणा कि रिश्तियां नूं भुल जांदे ने लोक, ਇਹ ਸਾਰੀਆਂ ਚੀਜ਼ਾਂ ਦਾ ਸਮਾਜ ਤੇ ਅਤੇ ਲੋਕਾਂ ਤੇ ਖਾਸ ਕਰ ਨੌਜਵਾਨ ਪੀੜ੍ਹੀ ਤੇ ਕੀ ਅਸਰ ਪਵੇਗਾ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਇੱਥੇ ਹੁਣ ਤੱਕ ਜੋ ਮੈਂ ਦੇਖ ਰਿਹਾ ਕਿ ਆਪਣੇ ਬੇਅੰਤ ਕੌਰ ਤੇ ਲਵਪ੍ਰੀਤ ਦੇ ਮਾਮਲੇ ਦੇ ਵਿੱਚ ਇੱਕ ਪੱਖ ਨੂੰ ਜ਼ਿਆਦਾ ਉਭਾਰ ਕੇ ਵੇਖਿਆ ਜਾ ਰਿਹਾ ਹੈ। ਲਵਪ੍ਰੀਤ ਦੇ ਪੱਖ ਨੂੰ ਜਦਕਿ ਮੈਂ ਇੱਥੇ ਉਹਨਾਂ ਦੇ ਮਾਪਿਆਂ ਨੂੰ ਦੋਨੋਂ ਪਰਿਵਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਾ, ਕਿਉਂਕਿ ਛੋਟੀ ਉਮਰ ਦੇ ਵਿੱਚ ਦੋਨਾਂ ਦਾ ਵਿਆਹ ਕਰ ਦੇਣਾ ਛੋਟੀ ਉਮਰ ਦੇ ਵਿੱਚ ਵਿਆਹ ਕਰ ਦੇਣਾ ਫਿਰ ਸਾਡੇ ਜੋ ਪੰਜਾਬ ਦੇ ਵਿੱਚ ਸਾਡਾ ਕਲਚਰ ਹੈ ਕਿ ਅਸੀਂ ਦੂਜੇ ਬੰਦੇ ਨੂੰ ਜੀਣ ਨਹੀਂ ਦਿੰਦੇ। ਜਦੋਂ ਉਹਨੂੰ ਉਹ ਮੈਂ ਬੇਅੰਤ ਕੌਰ ਦੀ ਵੀ ਵੀਡੀਓ ਦੇਖੀ ਹੈ, ਉਹ ਕਹਿ ਰਹੀ ਹੈ ਕਿ ਮੈਨੂੰ ਲਵਪ੍ਰੀਤ ਕਹਿੰਦਾ ਕਿ ਮੋਬਾਈਲ ਭੇਜ ਆਈਫੋਨ ਭੇਜ ਮੈਂ ਆਪਣੇ ਦੋਸਤਾਂ ਨੂੰ ਦਿਖਾਉਣਾ। ਇਹਦੇ ਵਿੱਚ ਦਿਖਾਵੇ ਵਾਲੀ ਗੱਲ ਸਾਡੇ 'ਚ ਜ਼ਿਆਦਾ ਆ ਗਈ। ਅਸੀਂ ਦਿਖਾਵਾ ਕਰਕੇ ਹੀ 35-40 ਲੱਖ ਰੁਪਇਆ ਵਿਆਹ 'ਤੇ ਲਾਇਆ, ਫਿਰ ਅਸੀਂ ਕੁੜੀ ਨੂੰ ਬਾਹਰ ਭੇਜਿਆ ਤੇ ਕੁੜੀ ਨੇ ਉੱਥੇ ਜਾ ਕੇ ਕਿਉਂ ਨਹੀਂ ਉਹਨੂੰ ਬੁਲਾਇਆ, ਇਹ ਤਾਂ ਚੀਜ਼ਾਂ ਵਾਲੇ ਤਫਦੀਸ਼ ਦੀਆਂ ਨੇ, ਅਗਲਾ ਮੈਟਰ ਹੈ। ਪਰ ਜੋ ਹੁਣ ਤੱਕ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਇਹਦੇ ਵਿੱਚ ਮੈਂ ਉਹ ਮਾਂ ਪਿਓ ਨੂੰ ਕਸੂਰਵਾਰ ਮੰਨਦਾ ਕਿ ਇੱਕ ਛੋਟੀ ਉਮਰ 'ਚ ਵਿਆਹ ਕਰ ਦਿੱਤਾ, ਜੋ ਨਹੀਂ ਵਾਲੇ ਸਮਝਦਾਰ ਸੀਗੇ, ਬੱਚੇ ਸੀਗੇ ਹਾਲੇ ਨਾ ਸਮਝ ਸੀ। ਉਹ ਕੁੜੀ ਵੀ 10 ਦਿਨ ਰਹੀ ਆਪਣੇ ਹਸਬੈਂਡ ਲਵਪ੍ਰੀਤ ਨਾਲ ਤੇ ਉਹਨਾਂ ਦੀ ਆਪਸ ਦੇ ਵਿੱਚ ਕਿੰਨੀ ਕੁ ਬੌਂਡਿੰਗ ਸੀ, ਕਿੰਨਾ ਕੁ ਆਪਸ ਦੇ ਵਿੱਚ ਪਿਆਰ ਸੀਗਾ, ਇਹ ਚੀਜ਼ਾਂ ਤਾਂ ਸਾਨੂੰ ਉਹਨਾਂ ਦੇ ਸਕਰੀਨਸ਼ੋਟ ਜਾਂ ਉਸ ਤੋਂ ਦੇਖਣ ਤੋਂ ਮਿਲ ਗਈਆਂ ਨੇ। ਤਾਂ ਇੱਥੇ ਮਾਪਿਆਂ ਨੂੰ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਕਿ ਛੋਟੀ ਉਮਰ ਦੇ ਵਿੱਚ ਤੁਸੀਂ ਬੱਚਿਆਂ ਨੂੰ ਵਿਆਹ ਕੇ ਜਾਂ 10ਵੀਂ ਬਾਅਦ ਉਹਨੇ ਬੈਂਡ ਲੈ ਲਏ ਕੋਈ ਚੰਗੇ ਬੱਚੇ ਨੇ ਤਾਂ ਉਹਨੂੰ ਬਾਹਰ ਭੇਜਣ ਦੇ ਲਾਲਚ 'ਚ ਵਿਆਹ ਕਰਨਾ, ਜਿਹੜਾ ਹੋਰ ਕਈ ਲਵਪ੍ਰੀਤਾਂ ਨੂੰ ਜਨਮ ਦੇਵੇਗਾ। ਇੱਥੇ ਬੱਚਾ ਕਿੰਨਾ ਜ਼ਿਆਦਾ ਡਿਪਰੈਸ਼ਨ, ਤਾਂ ਮੈਂ ਇਹੀ ਕਹਾਂਗਾ ਕਿ ਅੱਗੇ ਤੋਂ ਮਾਂ ਬਾਪ ਨੂੰ ਸੋਚਣਾ ਚਾਹੀਦਾ ਹੈ। ਇਹਦੇ ਵਿੱਚ ਜੇ ਬੇਅੰਤ ਕੌਰ ਦਾ ਕਸੂਰ ਹੈ ਤਾਂ ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਉਹ ਨਿਰਦੋਸ਼ ਹੈ ਜਾਂ ਬਚਪਨ ਦੇ ਵਿੱਚ ਕੋਈ ਉਹ ਤੋਂ ਗਲਤੀਆਂ ਹੋਈਆਂ ਜਾਂ ਉਹਦੇ ਮਾਂ ਬਾਪ ਤੋਂ ਹੋਈਆਂ ਤਾਂ ਉਹ ਚੀਜ਼ ਨੂੰ ਵੀ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ। ਚਲੋ ਇਹ ਤਾਂ ਹੋ ਗਿਆ ਸਮਾਜਿਕ ਮੁੱਦਾ ਜੋ ਕਿ ਇਸ ਸਮੇਂ ਲੋਕਾਂ ਦੇ ਸਾਹਮਣੇ ਆ ਰਿਹਾ, ਪਰ ਦੂਸਰੇ ਪਾਸੇ ਜੇਕਰ ਆਪਾਂ ਉਹਨਾਂ ਜ਼ਿੰਮੇਵਾਰ ਲੋਕਾਂ ਦੀ ਗੱਲ ਕਰੀਏ ਯਾਨੀ ਕਿ ਆਪਣੇ MLAs ਵਿਧਾਇਕਾਂ ਦੀ ਗੱਲ ਕਰ ਲਈਏ, ਇਸ ਸਮੇਂ ਮਾਮਲਾ ਕਾਫੀ ਜ਼ਿਆਦਾ ਸਾਹਮਣੇ ਆ ਰਿਹਾ ਕਿ 93 ਵਿਧਾਇਕਾਂ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਭਰ ਰਹੀ ਹੈ। ਇੱਕ ਪਾਸੇ ਤਾਂ ਸਰਕਾਰੀ ਖਜ਼ਾਨਾ ਜਿਹੜਾ ਪੰਜਾਬ ਦਾ ਉਹ ਖਾਲੀ ਪਿਆ, ਖਾਲੀ ਖਜ਼ਾਨੇ ਦੇ ਵਿੱਚੋਂ ਕਿਵੇਂ ਟੈਕਸ ਭਰ ਰਹੀ ਹੈ ਸਰਕਾਰ, ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੋਂ। ਹਾਂਜੀ, ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਇੰਨੇ ਜ਼ਿਆਦਾ ਪੈਨਸ਼ਨਾਂ ਤੇ ਤਨਖਾਹਾਂ ਲੈ ਰਹੇ ਨੇ ਵਿਧਾਇਕ, ਪਹਿਲੀ ਗੱਲ ਤਾਂ ਇਹ ਸੋਚਣ ਵਾਲੀ ਬਣਦੀ ਹੈ ਸਾਡੇ ਦੇਸ਼ ਦੇ ਸੰਵਿਧਾਨ ਦੇ ਵਿੱਚ ਇੱਕੋ ਇੱਕ ਅਦਾਰਾ ਹੈ ਜਿਹੜਾ ਆਪਣੀਆਂ ਤਨਖਾਹਾਂ ਆਪਣੇ ਭੱਤੇ ਖੁਦ ਫਿਕਸ ਕਰਦਾ ਹੈ, ਉਹ ਹੈ ਸਾਡੇ ਵਿਧਾਇਕ ਸਭਾ ਦੇ ਮੈਂਬਰ, ਲੋਕ ਸਭਾ ਦੇ ਮੈਂਬਰ ਜਿਹੜੇ ਆਪਣੀਆਂ ਤਨਖਾਹਾਂ ਆਪ ਵਧਾਉਂਦੇ ਨੇ, ਉਦੋਂ ਸਾਰੀਆਂ ਪਾਰਟੀਆਂ ਇੱਕ ਮੁੱਠ ਹੋ ਜਾਂਦੀਆਂ ਨੇ ਵਿਧਾਇਕਾਂ ਨੇ, ਜਿਹੜੇ ਇੱਕੋ ਇੱਕ ਹੀ ਅਦਾਰਾ ਹੈ ਜਿਹੜਾ ਆਪਣੀ ਖੁਦ ਦੀਆਂ ਤਨਖਾਹਾਂ ਤੇ ਆਪਣੀਆਂ ਪੈਨਸ਼ਨਾਂ ਆਪ ਬਣਾਉਂਦਾ। ਜਦਕਿ ਮਿਲਟਰੀ ਦੇ ਵਿੱਚ ਵੀ ਜਦੋਂ ਦੁਬਾਰਾ ਕੋਈ ਰੀਪੋਸਟਿੰਗ ਹੁੰਦੀ ਹੈ ਕਿਸੇ ਦੀ, ਉਹਦੇ ਵਿੱਚ ਵੀ ਉਹਦੀ ਪਹਿਲੀ ਤਨਖਾਹ ਨੂੰ ਕੱਟ ਦਿੱਤਾ ਜਾਂਦਾ। ਇਹ ਜਿੰਨੀ ਵਾਰ MLA ਬਣਦੇ ਨੇ, ਜਿੰਨੀ ਵਾਰ ਮੰਤਰੀ ਬਣਦੇ ਨੇ, ਉਨੀਆਂ ਇਹਨਾਂ ਨੂੰ ਪੈਨਸ਼ਨਾਂ, ਉਨੀਆਂ ਇਹਨਾਂ ਨੂੰ ਤਨਖਾਹਾਂ, ਉਨੇ ਇਹਨਾਂ ਨੂੰ ਭੱਤੇ ਦਿੱਤੇ ਜਾਂਦੇ ਨੇ। ਇਹ ਜਦਕਿ ਬਹੁਤ ਗਲਤ ਹੈ। ਹੁਣ ਸਾਡੇ ਮੰਤਰੀ, ਮੈਨੂੰ ਇੱਕ ਵੀ ਨਹੀਂ ਐਸਾ ਪੰਜਾਬ ਦੇ ਵਿੱਚ ਵਿਧਾਇਕ ਲੱਗਦਾ ਜਿਹੜਾ ਆਪਣਾ ਟੈਕਸ ਪੇ ਨਾ ਕਰ ਸਕਦਾ ਹੋਵੇ ਤੇ ਉਹ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਪੈਸੇ ਲੈ ਕੇ ਟੈਕਸ ਦੇ ਰਹੇ ਨੇ। ਜਦਕਿ ਖਾਲੀ ਖਜ਼ਾਨੇ ਦਾ ਰੋਣਾ ਰੋਣ ਵਾਲੇ ਸਾਡੇ ਖਾਲੀ ਖਜ਼ਾਨਾ ਮੰਤਰੀ, ਮੈਂ ਤਾਂ ਕਹਾਂਗਾ ਇਹਨਾਂ ਨੂੰ ਕਿ ਖਾਲੀ ਉਹ ਖਜ਼ਾਨਾ ਉਹਨਾਂ ਦਾ, ਕਾਂਗਰਸ ਅਕਾਲੀ ਦਲ ਦੇ ਵਿੱਚ ਵੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਸੀਗੇ ਤੇ ਕਾਂਗਰਸ ਆਈ ਉੱਥੇ ਵੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ, ਤਾਂ ਇਹ ਕਹਿੰਦੇ ਨੇ ਕਿ ਮੈਨੂੰ ਮੌਕਾ ਦਿਓ। ਇਹਨਾਂ ਨੂੰ 15 ਸਾਲ ਹੋ ਗਏ, 15 ਸਾਲ ਦੇ ਨੇੜੇ ਚੇੜੇ ਦੋਨੋਂ ਸਰਕਾਰਾਂ ਦੇ ਵਿੱਚ ਖਜ਼ਾਨਾ ਮੰਤਰੀ ਰਹੇ ਨੇ, ਪਰ ਇਹਨਾਂ ਦੀ ਕਾਬਲੀਅਤ ਤੇ ਕਿਉਂ ਨਾ ਅਸੀਂ ਸ਼ੱਕ ਕਰੀਏ ਕਿ ਇਹਨਾਂ ਨੇ ਹੁਣ ਤੱਕ ਸਾਡੇ ਪੰਜਾਬ ਨੂੰ ਕਿੱਥੇ ਲੀਹਾਂ ਤੇ ਲੈ ਕੇ ਆਉਂਦਾ।
ਜਦਕਿ ਜਦੋਂ ਅਕਾਲੀ ਗੌਰਮੈਂਟ ਗਈ ਹੈ ਉਦੋਂ 1.5 ਲੱਖ ਕਰੋੜ ਦੇ ਨੇੜੇ ਤੇੜੇ ਖਰਚਾ ਸੀ ਸੋਰੀ ਆਪਣਾ ਕਰਜ਼ਾ ਸੀ। ਜਦੋਂ ਹੁਣ ਕਾਂਗਰਸ ਸਰਕਾਰ ਹੁਣ ਜੇ ਆਪਾਂ ਅੱਜ ਦੀ ਸਥਿਤੀ ਦਾ ਗੱਲ ਕਰ ਲਈਏ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ 2.75 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸਾਡੇ 3 ਕਰੋੜ ਆਬਾਦੀ ਵਾਲੇ ਮੁਲਕ ਆਪਣੇ ਸੂਬੇ ਦੇ ਉੱਤੇ 2.75 ਕਰੋੜ ਰੁਪਏ ਦਾ ਕਰਜ਼ਾ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਸਿਰ ਤੇ ਕਿੰਨਾ ਕਿੰਨਾ ਕਰਜ਼ਾ ਹੈ। ਇਹ ਸਾਡੇ ਪੰਜਾਬ ਦੇ ਮੰਤਰੀ ਆਪਣੀਆਂ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕਿ ਆਪਣਾ ਟੈਕਸ ਵੀ ਨਹੀਂ ਪੇ ਕੀਤਾ ਇਹਨਾਂ ਨੇ, 93 ਬੰਦੇ ਨੇ, ਇਹਨਾਂ ਦੇ ਵਿੱਚੋਂ 3 ਵਿਧਾਇਕਾਂ ਦੇ ਨਾਮ ਆ ਰਹੇ ਨੇ ਸਾਹਮਣੇ ਜਿਹੜੇ ਖੁਦ ਪੇ ਕਰ ਰਹੇ ਨੇ, ਇੱਕ ਕੁਲਜੀਤ ਸਿੰਘ ਨਾਗਰਾ ਜੀ ਨੇ, ਦੂਜੇ ਪੈਸ ਬ੍ਰਦਰ ਲੁਧਿਆਣੇ ਵਾਲੇ ਨੇ। ਇਹ 3 ਬੰਦੇ ਆਪਣਾ ਟੈਕਸ ਖੁਦ ਪੇ ਕਰ ਰਹੇ ਨੇ, ਬਾਕੀ ਸਾਰਾ ਜਿਹੜਾ ਟੈਕਸ ਹੈ ਵਿਧਾਇਕਾਂ ਦਾ ਉਹ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਜਾ ਰਿਹਾ। ਜਦਕਿ ਮਨਪ੍ਰੀਤ ਬਾਦਲ ਹਰ ਵਾਰ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਆਪਣੀ ਲੋੜ ਜਿੰਨੀ ਕੋ ਲੋੜ ਪੂਰੀ ਹੁੰਦੀ ਉਸ ਤੋਂ ਬਾਅਦ ਸਾਨੂੰ ਛੱਡ ਦੇਣੀ ਚਾਹੀਦੀ ਹੈ ਸਰਕਾਰੀ ਸਹੂਲਤਾਂ, ਤੇ ਉਹਨਾਂ ਨੇ ਆਪਣਾ ਟਿਊਬਵੈਲ ਦਾ ਜਿਹੜਾ ਕਨੈਕਸ਼ਨ ਹੈ ਉਹ ਸਬਸਿਡੀ ਵੀ ਬਹੁਤ ਲੇਟ ਛੱਡੀ ਸੀ, ਉਹ ਵੀ ਪਤਾ ਨੀ ਕਿੰਨੇ ਕਨੈਕਸ਼ਨਾਂ ਦੀ ਛੱਡੀ ਹੈ, ਹਾਲੇ ਤੱਕ ਪੈਂਡਿੰਗ ਹੈ। ਉਹ ਇੱਕੋ ਇੱਕ ਬੰਦਾ ਸੀ ਸੁਖਪਾਲ ਖਹਿਰਾ ਜਿਹਨੇ ਸਬਸਿਡੀ ਛੱਡੀ ਸੀ ਉਸ ਟਾਈਮ ਜਦੋਂ ਕੈਪਟਨ ਮਨਿੰਦਰ ਸਿੰਘ ਨੇ ਅਪੀਲ ਕੀਤੀ ਸੀ ਆਪਣੇ ਵਿਧਾਇਕਾਂ ਨੂੰ। ਕੈਪਟਨ ਮਨਿੰਦਰ ਸਿੰਘ ਦੀ ਆਪਣੇ ਵਿਧਾਇਕ ਹੀ ਨੀ ਜਦੋਂ ਮੰਨ ਰਹੇ, ਇਹ ਸਰਕਾਰ ਦਾ ਤਾਂ ਜਮਾ ਹੀ ਵਜੂਦ ਖਤਮ ਹੋ ਰਿਹਾ, ਇਹ ਸਰਕਾਰ ਨੂੰ ਜਮਾ ਹੀ ਭੱਠਾ ਬਹਿ ਗਿਆ ਆਪਣੇ ਪੰਜਾਬ ਦਾ। ਇਹ ਲਾਰੇ ਲਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ, ਕਰਜ਼ਾ ਮਾਫੀ ਦੇ, ਹੋਰ ਘਰ ਘਰ ਰੁਜ਼ਗਾਰ ਦੇਣ ਦੇ ਲਾਰੇ ਲਾ ਕੇ ਸਰਕਾਰ ਬਣੀ ਸੀ। ਇਹ ਸਰਕਾਰ ਤੋਂ ਇੱਕ ਵੀ ਆਪਣਾ ਵਾਅਦਾ ਪੂਰਾ ਨਹੀਂ ਹੋਇਆ। ਇਸ ਲਈ ਮੈਂ ਵਿਧਾਇਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਵਿਧਾਇਕ ਇੰਨੇ ਕੁ ਕੈਪੇਬਲ ਹੈ ਨੇ ਆਪਣਾ ਟੈਕਸ ਪੇ ਕਰ ਸਕਦੇ ਨੇ, ਉਹ ਆਪਣੇ ਖੁਦ ਦੇ ਸਾਧਨਾਂ ਤੋਂ ਪੇ ਕਰਨ। ਪੰਜਾਬ ਦੀ ਇਹ ਹਾਲਤ ਮੰਦੀ ਦੇ ਵਿੱਚ ਸਾਨੂੰ ਪੰਜਾਬ ਦਾ ਸਾਥ ਦੇਣਾ ਚਾਹੀਦਾ, ਪੰਜਾਬ ਨੂੰ ਲੁੱਟਣਾ ਨਹੀਂ ਚਾਹੀਦਾ। ਜੀ, ਸਾਰੇ ਵਿਧਾਇਕ ਆਪਣੇ ਟੈਕਸ ਖੁਦ ਪੇ ਕਰ ਸਕਦੇ, ਜਦੋਂ ਆਮ ਵਿਅਕਤੀ ਆਪਣਾ ਟੈਕਸ ਪੇ ਕਰ ਸਕਦਾ ਤਾਂ ਉਹ ਵੀ ਕਰ ਸਕਦੇ ਨੇ। ਜਦੋਂ ਇਹ ਆਪਣੀ ਸੰਪਤੀ ਭਰਦੇ ਨੇ, ਜਦੋਂ ਚੋਣਾਂ ਹੁੰਦੀਆਂ ਨੇ ਉਸ ਸਮੇਂ ਕਰੋੜਾਂ ਦੇ ਵਿੱਚ ਲਿਖੀ ਜਾਂਦੀ ਹੈ। ਜਦੋਂ ਇਹਨਾਂ ਨੂੰ ਕਿਹਾ ਜਾਂਦਾ ਕਿ ਕੋਈ ਜੇਕਰ ਬਿਮਾਰ ਹੁੰਦਾ ਤਾਂ ਬਾਹਰ ਜਾ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਹੀ ਇਲਾਜ ਕਰਵਾਉਂਦੇ ਨੇ, ਤੇ ਉਹ ਸਾਰਾ ਖਰਚਾ ਜਿਹੜਾ ਉਹ ਸਰਕਾਰੀ ਖਜ਼ਾਨੇ ਦੇ ਵਿੱਚ ਪਾਉਂਦੇ ਨੇ। ਇਹੀ ਹੈ ਕਿ ਜੇਕਰ ਤੁਸੀਂ ਇਲਾਜ ਕਰਵਾਇਆ ਤਾਂ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਕਰਵਾਇਆ ਜਾਵੇ। ਵਿਧਾਇਕਾਂ ਦੇ ਕੋਲ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਇਹ ਆਪਣਾ ਭਰਦੇ ਨੇ ਕਿ ਸਾਡੇ ਕੋਲ ਕਰੋੜਾਂ ਦੀ ਸੰਪਤੀ ਹੈਗੀ ਹੈ, ਦੂਸਰੇ ਪਾਸੇ ਜਦੋਂ ਇਹ ਬਿਮਾਰ ਹੁੰਦੇ ਨੇ ਤਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਹੀ ਇਲਾਜ ਕਰਵਾਉਂਦੇ ਨੇ। ਜਦੋਂ ਕਿ ਇਹਨਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਵੀ ਇਲਾਜ ਕਰਵਾ ਸਕਦੇ ਨੇ, ਕਿਉਂਕਿ ਸਾਰਾ ਬੋਝ ਤਾਂ ਬਾਅਦ ਦੇ ਵਿੱਚ ਇਹਨਾਂ ਨੇ ਕੀ ਕਹਿਣਾ ਕਿ ਸਰਕਾਰ ਨਹੀਂ ਭਰਨਾ। ਜੀ, ਸਾਡੇ ਮੁਲਕ ਨੂੰ ਆਜ਼ਾਦ ਹੋਏ ਨੂੰ, ਮੈਂ ਇੱਥੇ ਗੱਲ ਤੁਹਾਡੀ ਗੱਲ ਨੂੰ ਅੱਗੇ ਤੋਲਦਾ ਇੱਕ ਗੱਲ ਕਹਿ ਦਿਆਂ, ਸਾਡੇ ਮੁਲਕ ਨੂੰ ਆਜ਼ਾਦ ਹੋਏ ਨੂੰ 74 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕਿ ਸਾਡੇ ਕਿਹੜੇ ਵਿਧਾਇਕ ਦੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਪੜ੍ਹ ਰਹੇ ਨੇ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਇਹ ਕਹਿੰਦੇ ਨੇ ਅਸੀਂ ਸਕੂਲਾਂ ਨੂੰ ਸਮਾਰਟ ਸਕੂਲ ਬਣਾਤਾ, ਅਪਗ੍ਰੇਡ ਕਰਤਾ, ਇੱਕ ਵੀ ਵਿਧਾਇਕ ਦਾ ਬੱਚਾ ਜਿਹੜਾ ਸਰਕਾਰੀ ਸਕੂਲ 'ਚ ਪੜ੍ਹਦਾ ਮੈਨੂੰ ਦਿਖਾ ਦਿਓ, ਇੱਕ ਵੀ ਵਿਧਾਇਕ ਐਸਾ ਵਿਧਾਇਕ ਦਿਖਾ ਦਿਓ ਜਿਹੜਾ ਸਰਕਾਰੀ ਹਸਪਤਾਲ ਤੋਂ ਦਵਾਈ ਲੈਂਦਾ। ਆਹ ਪਟਿਆਲੇ ਦਾ ਸੁਤਰਾਣਾ ਹਲਕੇ ਦਾ MLA ਰਜਿੰਦਰਾ ਹੋਸਪਿਟਲ ਦੇ ਵਿੱਚ ਕਰੋਨਾ ਦੇ ਵਿੱਚ ਜਾ ਕੇ ਦਾਖਲ ਹੋ ਗਿਆ ਸੀ ਇੱਕ ਪੋਲੀਟੀਕਲੀ ਸਟੰਟ ਖੇਡਣ ਲਈ, ਪਰ ਉਹਨੂੰ ਵੀ ਇੱਕ ਦਿਨ ਬਾਅਦ ਇਹ ਗੱਲ ਕਹਿ ਕੇ ਉਹ